ਨਿਸ਼ਾ ਮੇਰਾ ਨਾਮ ਬੱਤੀ ਬੰਦ ਸਾਡੇ ਪੰਜ ਦਿਨ ਦੀ ਸਾਡੇ ਬੱਚੇ ਟਿੱਕੀ ਟਿੱਕੀ ਪਵਾ ਦੇ ਅਸ ਬੀਪੀ ਵਾਲੀ ਦਵਾਈ ਖਾਣੇ ਪੁੱਛੋ ਉਸ ਦੇ ਕਿਹੜੀ ਜਗ੍ਹਾ ਲਾਈਟ ਨਹੀਂ ਆ ਰਹੀ ਦੋ ਨੰਬਰ ਗਲੀ ਚ ਲਾਈਟ ਨਹੀਂ ਆਵਾ ਰਹੀ ਪੁੱਛੋ ਉਸ ਕਬੀਰ ਨਗਰ ਕਲੋਣੀ ਉੱਪਰ ਦੋ ਨੰਬਰ ਗਲੀ ਪੰਜ ਦਿਨ ਦਾ ਬਿਜਲੀ ਨਹੀਂ ਦਿੱਤੀ ਸੀ ਪਾਣੀ ਨਹੀਂ ਸਾਡੇ ਘਰ ਰੋਟੀ ਨਹੀਂ ਬਣਾਈ ਸਾਡੇ ਘਰ ਬਾਜ਼ਾਰੋਂ ਰੋਟੀ ਲੈਣ ਵਾਸਤੇ ਸਾਡੇ ਕੋਲ ਪੈਸੇ ਨਹੀਂ ਹਨ ਇਹਨੇ ਦੇਣੇ ਕਿੱਥੋਂ ਦੇਣੇ ਇਹਨਾ ਸਾਡਾ ਕਿਰਾਇਆ ਚਾ ਰਿਹਾ ਮਤਾ ਦੇ ਥੋੜਾ ਥੋੜਾ ਦਿੰਦੇ ਲਾਂਦੇ ਨਹੀਂ ਹਨ ਸਾਨੂੰ 3-4 ਲੱਖ ਰੁਪਏ ਚਾਹੀਦੇ ਅਸੀਂ ਕਿੱਥੋਂ ਦੇਣਾ ਪੈਸੇ ਸਾਡੇ ਕੋਲ ਇੰਨੀ ਇੱਕ ਬੰਦਾ ਕਮਾਉਣ ਵਾਲਾ ਉਹ ਵੀ ਬਿਮਾਰ ਘਰ ਹੈ ਅਸੀਂ ਲੋਕਾਂ ਦੇ ਘਰ ਕੰਮ ਕਰਾ ਨਹੀਂ ਅਸੀਂ ਪੈਸੇ ਕਿੱਥੋਂ ਦੇਣੇ ਘਰ ਰੋਟੀ ਖਾਣੀ ਜਾਂ ਪੈਸੇ ਦੇਣੇ ਨੇ ਅਸੀਂ ਕੱਲ ਦਾ ਰੋਈ ਉੱਠੇ ਸਾਡੇ ਘਰ ਬਿਜਲੀ ਨਹੀਂ ਆਵਾਦੀ ਕਿਸੇ ਘਰ ਨਹੀਂ ਬਿਜਲੀ ਆਵਾਦੀ ਤਾਂ ਅਸੀਂ ਕਿੱਥੋਂ ਦੇ ਚਾ ਜਿਹੜਾ ਮੀਰ ਲੋਕ ਉਹ ਦੇ ਬੈਠੇ ਗਰੀਬ ਲੋਕਾਂ ਪੈਸੇ ਕਿੱਥੋਂ ਦੇਣੇ ਇਹਨੇ ਗਰੀਬ ਲੋਕਾਂ ਦੇ ਪੈਸੇ ਚੜਾ ਬਿਜਲੀ ਡਿਪਾਰਟਮੈਂਟ ਦਾ ਇਹਨੇ ਪੈਸੇ ਚੜਾਇਆ ਸਾਡਾ ਕਰਜ਼ਾ ਇਹਨੇ ਚੜਾਇਆ ਅਗਰ ਥੋੜੇ ਥੋੜੇ ਲੈਂਦੇ ਸਾਡੇ ਕੋਲ ਪੈਸੇ ਅੱਜ ਸਾਡੇ ਕੋਲ ਇੰਨਾ ਪੈਸਾ ਨਹੀਂ ਹੋਣਾ ਇੰਨਾ ਪੈਸਾ ਅਸੀਂ ਦੇ ਨਹੀਂ ਸਕੇ ਇਹਨੇ ਸਾਡੀ ਬੱਤੀ ਕੱਟੀ ਉੜੀ ਹੈ ਅਸੀਂ ਕਿੱਥੋਂ ਦੇ ਚਾ ਰੋਟੀ ਖਾਚੇ ਜਾਓ ਪੈਸੇ ਦੇ ਚਾ ਰੋਟੀ ਖਾਣ ਵਾਸਤੇ ਪੈਸੇ ਨਹੀਂ ਇੰਨੇ ਪੈਸੇ ਕਿੱਥੋਂ ਦੇਣੇ ਸਾਰਾ ਪਿਛਲਾ ਬਿੱਲ ਮਾਫ਼ ਕਰਨ ਨਵਾਂ ਬਿੱਲ ਜਿੰਨੀ ਰਿਟਿੰਗ ਆਉਂਦੀ ਇੰਨਾ ਪੈਸੇ ਅਸੀਂ ਦੇ ਉੜੀਏ ਹੱਥ ਜੋੜੀਏ ਰੋਟੀ ਨਹੀਂ ਖਾ ਕੇ ਅਸੀਂ ਪੈਸੇ ਦੇ ਉੜੀਏ ਹੁਣ ਸਾਰਾ ਪਿਛਲਾ ਸਾਰਾ ਮਾਫ਼ ਹੋਣਾ ਚਾਹੀਦਾ ਅਸੀਂ ਨਹੀਂ ਦੇ ਸਕਦੇ ਸਾਨੂੰ ਬੱਤੀ ਚਾਹੀਦੀ ਸਾਡੇ ਨਿੱਕੇ ਨਿੱਕੇ ਬੱਚੇ ਨੇ ਅਸੀਂ ਬੀਪੀ ਵਾਲੀ ਦਵਾਈ ਖਾਂਦੇ ਹਾਂ ਰਾਤੀ ਨੇਰੇ ਡਿੱਗੀ ਡਿੱਗੀ ਪਾਉਂਦੇ ਹਾਂ ਅਸੀਂ ਕਿੰਨੀਆਂ ਖਾਣੀ ਦਵਾਈ ਮੈਂ ਰਾਤੀ ਬਿਮਾਰ ਹੋਈ ਸੀ ਮੈਨੂੰ ਚੱਕਰ ਆਇਆ ਮੋਮਬੱਤੀਆਂ ਕਿੰਨੇ ਗੁਜ਼ਾਰਾ ਚੱਲਣਾ ਰੋਟੀ ਖਾ ਰਹੇ ਇਹਨੇ ਪੈਸੇ ਦੇਣੇ ਪੈਸੇ ਚੜਾਏ ਸਾਡੇ ਬਿਜਲੀ ਡਿਪਾਰਟਮੈਂਟ ਨੇ ਥੋੜੇ ਥੋੜੇ ਪੈਸੇ ਦਿੰਦੇ ਹੈ ਇਹਨੇ ਆਖਿਆ ਨਹੀਂ ਲੈਣੇ ਅਸੀਂ ਪੂਰੇ ਲੈਣੇ ਪੂਰੇ ਕਰਦੇ ਕਰਦੇ ਸਾਡੇ ਪਰ ਇੰਨਾ ਪੈਸਾ ਅੱਜ ਕਰਜ਼ਾ ਚੜਨਾ ਅਸੀਂ ਨਹੀਂ ਦੇ ਸਕਦੇ ਗਰੀਬ ਲੋਕ ਅਸੀਂ ਨਹੀਂ ਦੇ ਸਕਦੇ ਸਾਡਾ ਪੂਰਾ ਮਾਫ਼ ਹੋਣਾ ਚਾਹੀਦਾ ਨਵੇਂ ਸਿਰੇ ਜਿੰਨਾ ਜੁੜਕ ਜਿੰਨੀ ਰਿਟਿੰਗ ਆ ਇੰਨੇ ਪੈਸੇ ਅਸੀਂ ਹੱਥ ਬੰਨੀਏ ਦੇ ਸਕਦੇ ਹਾਂ ਪਰ ਇੱਕ ਸਾਡਾ ਪੈਸਾ ਮਾਫ਼ ਹੋਣਾ ਚਾਹੀਦਾ ਅਸੀਂ ਗਰੀਬ ਜਨਤਾ ਨਹੀਂ ਕਰਾਂਗੇ ਅਸੀਂ ਰੋਡ ਬੰਦ ਕਰਨਾ ਮੈਂ ਜ਼ਹਿਰ ਦਵਾਈ ਖਾਈ ਲੈਣੀ ਆ ਮੈਂ ਜ਼ਹਿਰ ਖਾਈ ਲੈਣਾ ਮੈਂ ਇੱਥੇ ਮਰੀ ਵਾਲਾ ਸਾਰੀ ਦੁਨੀਆ ਇੱਥੇ ਮੇਰਾ ਰਸਤਾ ਬਲਾਕ ਕਰੇਗਾ ਸਾਡੇ ਕੋਲ ਪੈਸੇ ਨਹੀਂ ਹੈ ਅਸੀਂ ਮੇਰਾ ਨਾਮ ਫੈਂਸੀ ਹੈ ਮਾਮ ਤਲਾਬ ਚਲੋ ਪੁੰਛਾ ਉਸ ਕਬੀਰ ਨਗਰ ਸੇ ਆਏ ਹੈ तो इस टाइम इनके सारों के घरों में बिजली काट दी गई है 5 दिन से बिजली काट दी है 5 दिन से इनको बोल रहे हैं बिजली जोड़ो इनके घर में इनके पैसे इनको रोटी नहीं खाने के लिए है ये बड़े गरीब लोग हैं इनके घर में अगर रोटी खाने के आजकल के ज़माने में कोई नहीं आता रोड के ऊपर ना किसी को इतना होता है मैं बोल दूँ मेरे पास पैसे नहीं है खाने के लिए मगर बेचारों के पास नहीं है कहाँ से ये भरेंगे इतना बिल इनके पास 2-2.5 लाख का बिल है अगर इनको बिल पे करनी थी पहले करनी थी ना इतनी बिल इन्होंने जमा क्यों की मगर इस टाइम ये क्या कर रहे हैं इस टाइम गरीबों के घरों में लाइट करते हैं प्रशासन हम प्रशासन से यही मांग करते हैं इनकी बिजली लगा दी जाए और जो इनकी पिछली बिल है वो खत्म कर लो इनकी पिछली बिल तो आगे बिजली इनके आज से तो लगा दो बिजली अगर फिर बिल देंगे ये थोड़े थोड़े करके मगर 5 दिन से इनकी बिजली बंद है 5 दिन से ये बेचारे खजल हो रहे हैं इनके घर में बूढ़े माँ बाप भी है बच्चे भी है पढ़ने वाले बच्चे भी है वो बच्चे कौन सी पढ़ाई करेंगे 5 दिन से इनकी बिजली नहीं है इनके